रहीम अस्सलामुअलैकुम जी मेरी प्यारी जी यूट्यूब फैमिली उम्मीद कर रही हूँ कि तुम खैरियत हो गए तो अल्लाह ताला के फजल करम नाल मैं बिल्कुल ठीक ठाक हाँ तो उम्मीद कर रही हूँ तुम भी ठीक ठाक हो गए मैं देखने वाले तो गाइस मेरी ये दुआ वा जो मेरे भैन भाई मैं देखने वाले आ पाकिस्तान च बाहर आ इंडिया जिथे भी आला मैं उन्होंने हमेशा खुश रखे और हमेशा आबाद रखे तो हाँ जी गाइस ਅੱਜ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਮਾਸ਼ਾਅੱਲਾ ਬੜਾ ਪਿਆਰਾ ਵਾ ਪਰ ਥੋੜ੍ਹਾ ਜਿਹਾ ਗਰਮੀ ਜੀ ਆ ਵੱਟ ਜਿਹਾ ਬਣਿਆ ਹੋਇਆ ਵਿਆ ਅਤੇ ਗਾਇਸ ਉਸਨੇ ਬਾਰਿਸ਼ ਆਈ ਸੀ ਅਸਤਗਫਿਰੁੱਲਾਹ ਬਹੁਤ ਜ਼ਿਆਦਾ ਬਾਰਿਸ਼ ਆਈ ਸੀ ਇਹ ਆਪਣੇ ਗੁਨਾਹ ਸਾਰੇ ਗਾਇਸ ਆਪਾਂ ਨੂੰ ਅੱਲਾਹ ਦਿੱਤੀਆਂ ਨੇ ਅਤੇ ਗਾਇਸ ਸੁਬਾਹ ਜਾ ਕੇ ਤਕਰੀਬਨ 10 ਵਜੇ ਬਾਰਿਸ਼ ਸਟਾਰਟ ਹੋ ਸੀ ਅਤੇ ਸੁਬਾਹ ਜਾ ਸਾਰੀ ਰਾਤ ਬਾਰਿਸ਼ ਦੀਵਾਰ ਗਿਰ ਗਈ ਆ ਉੱਥੋਂ ਪਹਿਲੇ ਵੀ ਗਿਰੀ ਹੋਈ ਸੀ ਤੇ ਕੁਛ ਹੋਰ ਗਿਰ ਗਿਆ ਕਾਫੀ ਸਾਰਾ ਨੁਕਸਾਨ ਹੋ ਗਿਆ ਵਾ ਹਾਂਜੀ ਗਾਇਸ ਮੇਰੇ ਗਾਉਣ ਦੀ ਖੂਬਸੂਰਤੀ ਦੇਖੋ ਗਾਇਸ ਜਾਨਵਰ ਵਗੈਰਾ ਵੀ ਬੜੇ ਖੁਸ਼ ਨੇ ਬੜੇ ਮਜ਼ੇ 'ਚ ਬੈਠੇ ਨੇ ਦੇਖੋ ਗਾਇਸ ਮੁਰਗੀਆਂ ਵਗੈਰਾ ਵੀ ਇੰਜੋਏ ਕਰ ਰਹੀਆਂ ਵਾ ਮਜ਼ੇ ਖਾ ਰਹੀਆਂ ਵਾ ਗਾਇਸ ਮੇਰੀ ਫੇਵਰੇਟ ਮੁਰਗੀ ਬਹੁਤ ਹੀ ਫੈਮਲੀ ਮੁਰਗੀਆਂ ਵਾ ਮੇਰੀਆਂ ਦੇਖੋ ਜਾਨਵਰ ਸਭ ਹਾਂਜੀ ਗਾਇਸ ਦੇਖੋ ਗਾਇਸ ਜਿਹੜੀ ਆਪਣਾ ਮਾਸ਼ਾਅੱਲਾ ਝੋਨਾ ਵੀ ਕਾਫੀ ਵੱਡਾ ਹੋਇਆ ਖੜਾ ਵਾ ਗਾਇਸ ਸਾਹਮਣੇ ਲੋਕਾਂ ਦੇ ਤਿਲ ਵਗੈਰਾ ਪਏ ਸੀ ਅਤੇ ਜੇ ਸਾਡੇ ਤਿਲ ਸੀਗੇ ਸ਼ੁਕਰ ਅਲਹਮਦੁਲਿਲਾ ਅਸੀਂ ਰਾਤ ਰਾਤ 'ਚ ਸਾਰੇ ਕੱਢ ਲਏ ਪਰ ਗਾਇਸ 10 ਕਿੱਲਿਆਂ ਦੇ ਨਹੀਂ ਕੱਢੇ ਗਏ ਥੋੜ੍ਹੇ ਬਹੁਤ ਕੱਢ ਲਏ ਜਿਨ੍ਹਾਂ ਦੇ ਸੀ ਮੈਂ ਸੋਚ ਸੋਚ ਕੇ ਹੈਰਾਨ ਹੋ ਗਏ ਪਤਾ ਨਹੀਂ ਤਿਲਾਂ ਦਾ ਕੀ ਬਣਿਆ ਹੋਏਗਾ ਤੇ ਦੇਖੋ ਗਾਇਸ ਨਿਊ ਗਾਇ ਲਿਆਂਦੀ ਅਸੀਂ ਮੈਂ ਇਹਨਾਂ ਵਾਸਤੇ ਹੁਣ ਘਾਹ ਵਗੈਰਾ ਲੈਣ ਜਾਵਾਂਗੇ ਗਾਇਸ ਦੇਖੋ ਕਮੈਂਟ 'ਚ ਮਾਸ਼ਾਅੱਲਾ ਜ਼ਰੂਰ ਕਹਿ ਦਿਓ ਗਾਇਸ ਆਹ ਗਾਂ ਵਾ ਜਿਹੜੀ ਨਿਊ ਲਿਆਂਦੀ ਵਾ ਚਲੋ ਹੁਣ ਆਪਾਂ ਘਾਹ ਲੈਣ ਜਾ ਹਾਂਜੀ ਗਾਇਸ ਘਾਹ ਵੱਢਣ ਦੇ ਆ ਘਾਹ ਬੜੀ ਮੁਸ਼ਕਲ ਨਾਲ ਮਿਲਿਆ ਕਿਉਂਕਿ ਲੋਕ ਤਾਂ ਹੁਣ ਛੱਡਦੇ ਨਹੀਂ ਗਾਇਸ ਘਾਹ ਆਪਾਂ ਵੱਢ ਲਿਆ ਵਾ ਅਤੇ ਹੁਣ ਲੈ ਕੇ ਚੱਲਦੇ ਹਾਂ ਸ਼ਾਦੀ ਸਾਰਾ ਗਿਰ ਗਿਆ ਥੱਲੇ ਬੈਠ ਕੇ ਸਵਾਰ ਕੇ ਇਨਸਾਫ ਕਰ ਥੱਲੇ ਬੈਠ ਜਾ ਬੈਠ ਜਾ ਨੀਚੇ ਹੈਲੋ ਗਾਂ ਦੇ ਅੱਗੇ ਕਰਦੇ ਮੌਸਮ ਇੰਨਾ ਸੋਹਣਾ ਤੇ ਹਰਾ ਹਰਾ ਖਾ ਖਾਣ ਦਾ ਵੱਖਰਾ ਹੀ ਮਜ਼ਾ ਆ ਜੂ ਹੁਣ ਇੱਥੇ ਆਪਾਂ ਵੀਡੀਓ ਐਂਡ ਕਰਦੇ ਹਾਂ ਮਿਲਾਂਗੇ ਅਗਲੀ ਵੀਡੀਓ ਚ ਅੱਲਾ ਹਾਫਿਜ਼